ਤੁਸੀਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਸ਼ੋਲੇ ਫਿਲਮ ਤਾਂ ਜ਼ਰੂਰ ਦੇਖੀ ਹੋਵੇਗੀ ਅਤੇ ਸ਼ੋਲੇ ਫਿਲਮ ਦਾ ਟੈਂਕੀ ਵਾਲਾ ਸੀਨ ਵੀ ਤੁਹਾਨੂੰ ਜ਼ਰੂਰ ਚੇਤੇ ਹੋਵੇਗਾ। ਜੇ ਦੱਸ ਦਈਏ ਕਿ ਬਿਲਕੁਲ ਉਸੇ ਫਿਲਮ ਨੂੰ ਦੁਹਰਾਉਂਦਾ ਹੋਇਆ ਸ਼ੋਟ ਇੱਕ ਹੋਰ ਨਵਾਂ ਸਾਹਮਣੇ ਆਇਆ। ਦੱਸ ਦਈਏ ਕਿ ਮਲੇਰਕੋਟਲਾ ਦੇ ਵਿੱਚ ਇੱਕ ਨੌਜਵਾਨ ਹੱਥ ਦੇ ਵਿੱਚ ਬੀਅਰ ਦੀ ਬੋਤਲ ਲੈ ਕੇ ਟੈਂਕੀ ਦੇ ਉੱਤੇ ਚੜ੍ਹਿਆ ਪਾਣੀ ਵਾਲੀ ਅਤੇ ਉੱਥੋਂ ਤੀ ਉਸਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਉਸ ਸਮੇਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਿਆ ਅਤੇ ਕੜੀ ਮੁਸ਼ਕਤ ਤੋਂ ਬਾਅਦ ਇਸ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਹ ਮੁੰਡਾ ਆਪਣੇ ਦੋਸਤਾਂ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰਨ ਦੇ ਲਈ ਆਇਆ ਸੀ, ਪਰ ਸ਼ੋਪਿੰਗ ਕਰਨ ਤੋਂ ਬਾਅਦ ਜਿਵੇਂ ਹੀ ਇਹ ਘਰ ਵਾਪਸੀ ਕਰਨ ਲੱਗੇ ਤਾਂ ਇਸ ਨੌਜਵਾਨ ਨੇ ਜ਼ਿੱਦ ਕੀਤੀ ਕਿ ਗੱਡੀ ਇਹ ਚਲਾਵੇਗਾ। ਜਿਸ ਤੋਂ ਬਾਅਦ ਦੋਸਤਾਂ ਨੇ ਇਸ ਨੂੰ ਗੱਡੀ ਚਲਾਉਣ ਨਹੀਂ ਦਿੱਤਾ ਅਤੇ ਗੁੱਸੇ ਦੇ ਵਿੱਚ ਆ ਗਿਆ ਅਤੇ ਇਸਨੇ ਹੱਥ ਦੇ ਵਿੱਚ ਬੀਅਰ ਦੀ ਬੋਤਲ ਪੀਂਦੇ ਪੀਂਦੇ ਇਹ ਟੈਂਕੀ ਦੇ ਉੱਤੇ ਚੜ੍ਹ ਗਿਆ ਅਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਧਮਕੀਆਂ ਦਿੱਤੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚੀ ਤਾਂ ਸਮਝਾ ਬੁਝਾ ਕੇ ਇਸ ਨੂੰ ਬੜੀ ਮੁਸ਼ਕਲ ਦੇ ਨਾਲ ਹੇਠਾਂ ਉਤਾਰਿਆ ਗਿਆ। ਤਾਂ ਮਲੇਰਕੋਟਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਿਲਕੁਲ ਹੀ ਸ਼ੋਲੇ ਫਿਲਮ ਨੂੰ ਦਰਸਾਉਂਦਾ ਹੋਇਆ ਇੱਕ ਸ਼ੋਟ ਜੋ ਹੈ ਉਹ ਮਲੇਰਕੋਟਲਾ ਦੇ ਵਿੱਚ ਵੀ ਨਜ਼ਰ ਆਇਆ, ਜਦੋਂ ਇੱਕ ਨੌਜਵਾਨ ਡਰਾਈਵਰੀ ਦੀ ਜ਼ਿੱਦ ਕਰਨ ਲੱਗਿਆ ਅਤੇ ਦੋਸਤਾਂ ਨੇ ਜਦੋਂ ਉਸਨੂੰ ਗੱਡੀ ਚਲਾਉਣ ਨਹੀਂ ਦਿੱਤੀ ਤਾਂ ਉਹ ਹੱਥ ਦੇ ਵਿੱਚ ਬੀਅਰ ਦੀ ਬੋਤਲ ਲੈ ਕੇ ਟੈਂਕੀ ਦੇ ਉੱਤੇ ਚੜ ਗਿਆ। ਕੀ ਦੱਸਿਆ ਰਾਮਗੜ੍ਹ ਸਰਦਾਰਾਂ ਦਾ? ਹਾਂਜੀ, ਅੱਗੇ ਅਪਡੇਟ ਕਰ ਦਿੰਦੇ ਕੋਈ ਇਹ ਮੈਂਟਲੀ ਅਪਸੈਟ ਆ ਕਿ ਕੁਝ ਨਹੀਂ ਅਪਡੇਟ ਕਰ ਦਿੰਦੇ? ਕਿੰਨੇ ਦੇਰ ਉੱਪਰ ਰਿਹਾ ਇਹ? ਹੁਣ ਹਾਲੇ ਪਤਾ ਹੀ ਕਰਦਾ ਰਹੇ, ਉਤਾਰੇ ਹੀ ਆ ਰਹੇ, ਹੁਣ ਇੰਟੀਮੇਸ਼ਨ ਆਈ ਸੀ ਸਾਨੂੰ ਵੀ ਇਹ ਬਾਹਰ ਉੱਪਰ ਚੜਿਆ, ਅਸੀਂ ਨਾਲ ਦੇ ਨਾਲ ਆਏ ਹਾਂ, ਇਹਨੂੰ ਕੌਨਫੀਡੈਂਸ 'ਚ ਲੈ ਕੇ ਬਿਲਕੁਲ ਬਾਕੀ ਜਾ ਕੇ ਵਿੱਕੀ ਰਾਮਗੜ੍ਹ ਵਿੱਕੀ ਰਾਮਗੜ੍ਹ ਸਰਦਾਰਾਂ ਦਾ ਮੁੰਡਾ ਜੀ, ਇਹ ਥੋੜ੍ਹਾ ਜਿਹਾ ਪਰੇਸ਼ਾਨ ਹੈ, ਵੈਰੀਫਿਕੇਸ਼ਨ ਕਰ ਦਿੰਦੇ। ਚਲੋ ਤੁਸੀਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਸ਼ੋਲੇ ਫਿਲਮ ਤਾਂ ਜ਼ਰੂਰ ਦੇਖੀ ਹੋਵੇਗੀ ਅਤੇ ਸ਼ੋਲੇ ਫਿਲਮ ਦਾ ਟੈਂਕੀ ਵਾਲਾ ਸੀਨ ਵੀ ਤੁਹਾਨੂੰ ਜ਼ਰੂਰ ਚੇਤੇ ਹੋਵੇਗਾ। ਜੇ ਦੱਸ ਦਈਏ ਕਿ ਬਿਲਕੁਲ ਉਸੇ ਫਿਲਮ ਨੂੰ ਦੁਹਰਾਉਂਦਾ ਹੋਇਆ ਸ਼ੋਟ ਇੱਕ ਹੋਰ ਨਵਾਂ ਸਾਹਮਣੇ ਆਇਆ। ਦੱਸ ਦਈਏ ਕਿ ਮਲੇਰਕੋਟਲਾ ਦੇ ਵਿੱਚ ਇੱਕ ਨੌਜਵਾਨ ਹੱਥ ਦੇ ਵਿੱਚ ਬੀਅਰ ਦੀ ਬੋਤਲ ਲੈ ਕੇ ਟੈਂਕੀ ਦੇ ਉੱਤੇ ਚੜ੍ਹਿਆ ਪਾਣੀ ਵਾਲੀ ਅਤੇ ਉੱਥੋਂ ਤੀ ਉਸਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਉਸ ਸਮੇਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਿਆ ਅਤੇ ਕੜੀ ਮੁਸ਼ਕਤ ਤੋਂ ਬਾਅਦ ਇਸ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਹ ਮੁੰਡਾ ਆਪਣੇ ਦੋਸਤਾਂ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰਨ ਦੇ ਲਈ ਆਇਆ ਸੀ, ਪਰ ਸ਼ੋਪਿੰਗ ਕਰਨ ਤੋਂ ਬਾਅਦ ਜਿਵੇਂ ਹੀ ਇਹ ਘਰ ਵਾਪਸੀ ਕਰਨ ਲੱਗੇ ਤਾਂ ਇਸ ਨੌਜਵਾਨ ਨੇ ਜ਼ਿੱਦ ਕੀਤੀ ਕਿ ਗੱਡੀ ਇਹ ਚਲਾਵੇਗਾ। ਜਿਸ ਤੋਂ ਬਾਅਦ ਦੋਸਤਾਂ ਨੇ ਇਸ ਨੂੰ ਗੱਡੀ ਚਲਾਉਣ ਨਹੀਂ ਦਿੱਤਾ ਅਤੇ ਗੁੱਸੇ ਦੇ ਵਿੱਚ ਆ ਗਿਆ ਅਤੇ ਇਸਨੇ ਹੱਥ ਦੇ ਵਿੱਚ ਬੀਅਰ ਦੀ ਬੋਤਲ ਪੀਂਦੇ ਪੀਂਦੇ ਇਹ ਟੈਂਕੀ ਦੇ ਉੱਤੇ ਚੜ੍ਹ ਗਿਆ ਅਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਧਮਕੀਆਂ ਦਿੱਤੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚੀ ਤਾਂ ਸਮਝਾ ਬੁਝਾ ਕੇ ਇਸ ਨੂੰ ਬੜੀ ਮੁਸ਼ਕਲ ਦੇ ਨਾਲ ਹੇਠਾਂ ਉਤਾਰਿਆ ਗਿਆ। ਤਾਂ ਮਲੇਰਕੋਟਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਿਲਕੁਲ ਹੀ ਸ਼ੋਲੇ ਫਿਲਮ ਨੂੰ ਦਰਸਾਉਂਦਾ ਹੋਇਆ ਇੱਕ ਸ਼ੋਟ ਜੋ ਹੈ ਉਹ ਮਲੇਰਕੋਟਲਾ ਦੇ ਵਿੱਚ ਵੀ ਨਜ਼ਰ ਆਇਆ, ਜਦੋਂ ਇੱਕ ਨੌਜਵਾਨ ਡਰਾਈਵਰੀ ਦੀ ਜ਼ਿੱਦ ਕਰਨ ਲੱਗਿਆ ਅਤੇ ਦੋਸਤਾਂ ਨੇ ਜਦੋਂ ਉਸਨੂੰ ਗੱਡੀ ਚਲਾਉਣ ਨਹੀਂ ਦਿੱਤੀ ਤਾਂ ਉਹ ਹੱਥ ਦੇ ਵਿੱਚ ਬੀਅਰ ਦੀ ਬੋਤਲ ਲੈ ਕੇ
ਟੈਂਕੀ ਦੇ ਉੱਤੇ ਚੜ ਗਿਆ। ਕੀ ਦੱਸਿਆ ਰਾਮਗੜ੍ਹ ਸਰਦਾਰਾਂ ਦਾ? ਹਾਂਜੀ ਅੱਗੇ ਅਪਡੇਟ ਕਰ ਦਿੰਦੇ। ਕੋਈ ਇਹ ਮੈਂਟਲੀ ਅਪਸੈਟ ਆ ਕਿਵੇਂ? ਕੁਝ ਨਹੀਂ ਨੇ, ਅਪਡੇਟ ਕਰ ਦਿੰਦੇ। ਕਿੰਨੇ ਦੇਰ ਉੱਪਰ ਰਿਹਾ ਇਹ? ਹੁਣ ਹਾਲੇ ਪਤਾ ਹੀ ਕਰਦਾ ਰਹੇ, ਉਤਾਰੇ ਹੀ ਜਾਣੇ। ਹੁਣ ਇੰਟੀਮੇਸ਼ਨ ਆਈ ਸੀ ਸਾਨੂੰ ਵੀ ਇਹ ਬਾਹਰ ਉੱਪਰ ਚੜਿਆ, ਅਸੀਂ ਨਾਲ ਦੇ ਨਾਲ ਆਏ ਹਾਂ, ਇਹਨੂੰ ਕੋਨਫੀਡੈਂਸ 'ਚ ਲੈ ਕੇ ਦਿੱਤਾ ਰਹੇ। ਬਿਲਕੁਲ ਬਾਕੀ ਜਾ ਕੇ ਵਿੱਕੀ ਰਾਮਗੜ੍ਹ ਸਰਦਾਰ, ਵਿੱਕੀ ਰਾਮਗੜ੍ਹ ਸਰਦਾਰ ਦਾ ਮੁੰਡਾ ਜੀ ਇਹ। ਥੋੜ੍ਹਾ ਜਿਹਾ ਪਰੇਸ਼ਾਨ ਹੈ, ਵੈਰੀਫਾਈ ਕਰਕੇ ਦੱਸ ਦਿੰਦੇ। ਚਲੋ।